i20 ਗੱਡੀ ਭਰਾ ਨੇ ਲੈ ਲਈ ਤੇ ਅੱਜ ਉਹਦਾ ਕੰਮ ਕਰਾਉਣ ਚੱਲੇ ਆ। ਚੱਲ ਆ ਗੱਡੀ ਲਾ ਬੜੀ ਤੇਰੀ ਪੈਰ ਦੇ ਕਰਦੇ ਬਾਈ ਸਮੋਸੇ ਛੋਲੇ ਪਾ ਕੇ ਠੀਕ ਆ। ਆ ਪਕੌੜੇ ਕਾਦੇ ਪਨੀਰ ਗੋਭੀ ਪਾਲਕ ਇਹਨੇ ਜਾ ਕੇ ਖਾ ਲਈ। ਸਹੇਲੀ ਬਣੀ ਕਿ ਨਹੀਂ ਕੋਈ? ਆਪਾਂ ਗੋਭੀ ਸਹੇਲੀ ਬਣੀ ਕਿ ਨਹੀਂ ਕੋਈ? ਕਿ ਔਖਾ ਹੀ ਆ ਲਈ ਗੁੱਡ ਮਾਰਨਿੰਗ ਦੋਸਤੋ ਕਿੱਦਾਂ ਜੀ ਸਾਰੇ। ਸਭ ਤੋਂ ਪਹਿਲਾਂ ਤਾਂ ਆਪਣੇ ਭਰਾ ਨੂੰ ਦੋ ਮੁਬਾਰਕਾਂ। ਭਰਾ ਨੇ ਗੱਡੀ ਲੈ ਲਈ ਤੇ i20 ਗੱਡੀ ਭਰਾ ਨੇ ਲੈ ਲਈ ਤੇ ਅੱਜ ਉਹਦਾ ਕੰਮ ਕਰਾਉਣ ਚੱਲੇ ਆ। ਕੀ ਕਰਾਉਣਾ ਬਿੱਲੇ? ਟੇਪਿੰਗ ਕਰਾਉਣੀ ਛੱਤ ਤੇ, ਟੇਪਿੰਗ ਬਲੈਕ ਬਲੈਕ ਕਰਾ ਦੇਣੀ। ਚੰਡੀਗੜ੍ਹ ਦੇ ਵਿੱਚ ਲਾਉਡ ਆ ਇਹ ਆਪਣੀ ਤਾਂ ਸੱਚ ਮੋਹਾਲੀ 'ਚ ਤੁੱਤੀ ਬੋਲਦੀ ਭਾਜੀ ਹੈ ਜੋ ਤੇ ਜੀ ਗੱਡੀ ਤੁਹਾਨੂੰ ਬਾਹਰੋਂ ਵੀ ਦਿਖਾਉਂਦੇ ਆ ਅੰਦਰੋਂ ਚੈੱਕ ਕਰ ਲਓ ਇੱਕ ਵਾਰ ਤੁਸੀਂ। ਬਿੱਲੇ ਕਿੰਨਾ ਮਾਡਲ ਆ ਇਹ? 2015 ਮਾਡਲ ਆ। 6-11 ਨਹੀਂ 6-41 6-41 ਨੰਬਰ ਆ ਜੀ ਗੱਡੀ ਦਾ ਤੇ ਇਹਨੂੰ ਜਿੱਥੇ ਦੇਖਦਾ ਇਹਦੇ ਚਪੇੜਾਂ ਮਾਰੋ ਸਾਲੇ ਦੇ ਘੇਰ ਕੇ ਜੇ ਹੁਣ ਆਈ ਬੋਲਦੀ ਆ। ਪਹਿਲਾਂ ਦੱਸਿਆ ਮੈਂ ਚੰਗਵਾਲੀ ਮਹਾਲੀ 'ਚ ਕਹਿੰਦਾ ਤੂਤੀ ਬੋਲਦੀ ਆ ਕੁਛ ਖਾ ਲਈ। ਓਏ ਹੋਏ 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 ਆ ਜਿਹੜੀ ਤੁਸੀਂ ਗੱਲ ਕਰਦੀ ਨਾ ਕੁਛ ਖਾ ਲਈ ਵਾਲੀ ਸੋਹ ਲੱਗੇ ਸਵੇਰ ਦਾ ਕੁਛ ਨਹੀਂ ਖਾਦਾ ਬ੍ਰੋ ਜੇ ਤੂੰ ਕੁਛ ਖਵਾ ਦੇਵੇਂ। ਮੈਨੂੰ ਪਤਾ ਕੋਈ ਠਾਕੁਰ ਸਾਡ ਨਾਲ ਬੈਠਾ ਪ੍ਰਮੋਸ਼ਨ ਭਾਈ ਲੱਖਾਂ ਦੀ ਗੱਲਾਂ ਹੋ ਰਹੀਆਂ ਲੱਖਾਂ ਦੀਆਂ। ਓ ਤੂੰ ਜਾ ਭਰਾਵਾ ਲਾਈਟ ਹੋ ਗਈ ਚੱਲ ਚੱਲ ਕੱਢ ਗੱਡੀ। ਹਾਂਜੀ ਤੇ ਜੀ ਅੱਜ ਆਪਾਂ ਚੱਲੀਏ ਦੀ ਟੇਪਿੰਗ ਕਰਾਈ ਆ ਗੱਡੀ ਦੀ ਤੇ ਤੁਹਾਨੂੰ ਗੱਡੀ ਬਾਹਰੋਂ ਵੀ ਦਿਖਾਉਂਦੇ ਆ ਤੇ ਚਲੋ ਜਿੱਥੇ ਜਾਂਦੇ ਆ ਉੱਥੇ ਮਿਲਦਾ ਅੱਗੇ ਜਾ ਕੇ। ਪ੍ਰੀਤ ਵਾਲਿਆਂ ਦੇ ਆਇਆ ਕੜੀ ਚੋਲ ਦਾ ਕੜੀ ਚੋਲ ਭੁੱਖ ਲੱਗੀ ਆ ਨਾ ਲਾਈਨ 'ਚ ਲੱਗਾ ਹੁਣ ਬਾਰੀ ਆਈ ਆ ਜਿਹੜੀ 5-10 ਮਿੰਟ ਬਾਅਦ ਇਹ ਸਾਰੀ ਲਾਈਨ ਕਈ ਵਾਰ ਤਾਂ ਉਹ ਪਰੇ ਤੱਕ ਲੱਗੀ ਹੁੰਦੀ ਆ ਅੱਜ ਇੱਥੇ ਤੱਕ ਲੱਗੀ ਆ। ਚੈੱਕ ਕਰੋ ਦਹੀਂ ਭੱਲਾ ਚਨਾ ਪੂਰੀ ਛੋਲੇ ਭਟੂਰੇ ਲਿਆਓ ਜੀ। ਤੂੰ ਆਪਣੇ ਲਈ ਕੀ ਲੈ ਕੇ ਆਇਆ? ਰਾਜਮਾ ਚੋਲ ਉਹੀ ਗੱਲਾਂ ਮੈਨੂੰ ਬਣਾ ਦੇ ਬਈ ਉਹੀ ਗੱਲਾਂ ਕੜੀ ਚੋਲ ਸੜਿਆ ਇੰਨਾ ਕਦਾ ਮੇਰੀ ਦਾੜ੍ਹ ਥੱਲੇ ਦਾੜ੍ਹ ਵੀ ਨਹੀਂ ਗਿੱਲੀ ਹੋਣੀ। ਖਾ ਕੇ ਤਾਂ ਦੇਖ ਦੇਖਣ ਨੂੰ ਛੋਟੀ ਆ। ਅੱਛਾ ਉਦਾਂ ਵੱਡੀ ਆ ਦੇਖੋ ਭਾਜੀ ਉਦਾਂ ਵੱਡੀ ਆ ਦੇਖਣ ਨੂੰ ਛੋਟੀ ਆ ਛੋਟੀ ਆ ਇਹ ਤਰੀਕੇ ਭੈਣ ਚੋ ਕਿੱਥੋਂ ਸਿੱਖੇ ਆ ਤੂੰ? ਉਹ ਸਾਰਾ ਮਜ਼ਾਕ ਨਹੀਂ ਖਾ ਕੇ ਦੇਖ ਦੇਖਣ ਨੂੰ ਛੋਟੀ ਆ ਉਦਾਂ ਵੱਡੀ ਆ ਇਹ ਵੈਸੇ ਕੋਲੀ ਪੱਕੀ ਗੱਲ ਆ ਅੰਦਰ ਚੋਲ ਹੀ ਚੋਲ ਆ ਚੋਲ ਹੀ ਚੋਲ ਰੱਜ ਹੋ ਜਾਂਦਾ ਪੂਰਾ ਆ ਚੈੱਕ ਕਰ ਕਿਆ ਬਾਤ ਹੈ ਭੈਣ ਚੋ ਚੋਲ ਤਾਂ ਦੇਖਣ ਨਹੀਂ ਦੇ ਐਨ ਆ ਤਾਂ ਰਾਜਮਾ ਹੀ ਪਾ ਲਿਆ ਭੈਣ ਚੋ ਕੋਲੀ ਨਹੀਂ ਨਹੀਂ ਚੋਲ ਆ ਦੇਖ ਥੱਲੇ ਚੋਲ ਹੀ ਚੋਲ ਖੁਸ਼ਬੂ ਦਾ ਆਈ ਮੈਨੂੰ ਬਾਸਮਤੀ ਚੋਲ ਨੇ ਬਾਸਮਤੀ ਇਹ ਉਹ ਚੋ ਇੱਕ ਹੋਰ ਚੋਲ ਆਇਆ ਇੰਡੀਆ ਗੇਟ ਚੋਲ ਨਹੀਂ ਨਹੀਂ ਉਹ ਦਿੱਲੀ ਆ ਇੱਥੇ ਨਹੀਂ ਇੰਡੀਆ ਗੇਟ ਦਿੱਲੀ ਆ। ਚਲੋ ਬਈ ਹੁਣ ਖਾ ਲਈਏ ਚੋਲ ਆਪਣੇ ਬਾਸਮਤੀ ਜੀ ਪੰਜਾਬ ਵਾਲੇ ਬਾਸਮਤੀ ਪਾਰਟੀ ਗੱਡੀ ਦੀ ਗੱਡੀ ਦੀ ਪਾਰਟੀ ਸੁੱਕੀ ਪਾਰਟੀ ਦੇਈਏ ਨਾ ਤੇ ਇਹਦੇ ਨਾਲ ਇੱਕ ਅੱਧੀ ਬੋਤਲ ਰੱਖ ਸਾਈਡ ਤੇ ਇੱਥੇ ਰੱਖੀ ਹੋਵੇ ਬੀਰਾਂ ਐਂ ਚੱਲਣ 20 ਵਾਲੀ ਕੋਕ ਲੈ ਲੈਂਦੇ ਆ ਖਾਈਏ ਜੀ। ਮੈਂ ਕਿਹਾ ਜਿਹੜੀ ਚੀਜ਼ ਆਪਾਂ ਪੁੱਛੀ ਆ ਜਿਹੜਾ 6000 ਰੁਪਏ ਦਾ ਲਾ ਰਿਹਾ ਬੰਦਾ ਇਹੀ ਸੇਮ ਚੀਜ਼ ਜੇ ਬੰਦਾ ਬਾਹਰ 4000 ਰੁਪਏ ਚ ਲਾ ਦੇਵੇ ਤਾਂ ਤਾਂ ਵੀ ਨਹੀਂ ਹੋਵਾਨੀ ਨਹੀਂ ਲਵਾ ਦਾ ਲਵਾ ਜੇ ਬੰਦਾ ਲਵਦਾ 1500 ਯਾਰ 1500 ਵਾਲਾ ਜਿਹੜਾ 1500 ਰੁਪਏ ਟੇਪ ਕਰ ਦੇਵੇ 750 ਭਰਾ ਦੇ ਲੋ ਬਾਈ ਇਹ ਬੰਦੇ ਨੂੰ ਉਹਨੇ ਰੇਟ ਦੱਸਿਆ ਜੇ ਛੱਤ ਕਰਾਉਣੀ ਪੂਰੀ ਵਿਦ ਆਹ ਪੱਟੀਆਂ ਜਿਹੜੀਆਂ ਹੁੰਦੀਆਂ 6000 ਰੁਪਏ ਵਾਲੀ ਵਧੀਆ ਟੇਪ ਜੇ ਮਾੜੀ ਕਰਾਉਣੀ ਤਾਂ 5000 ਵਾਲੀ ਉਹ ਤੋਂ ਮਾੜੀ ਕਰਾਉਣੀ 35000 ਵਾਲੀ ਤੇ ਬੰਦੇ ਨੇ ਕਿਤੇ ਹਾਮੀ ਨਹੀਂ ਭਰੀ ਕਿ ਬੰਦਾ ਰੇਟ ਸੁਣ ਕੇ ਕਹਿੰਦਾ ਯਾਰ ਟਾਈਮ ਹੋ ਗਿਆ ਜ਼ਿਆਦਾ ਘੰਟਾ ਲੱਗ ਜਾਣਾ ਇੱਥੇ ਤੇ ਭਾਜੀ ਕੱਲ ਨੂੰ ਆਣਾ ਕੱਲ ਨੂੰ ਆਣਾ ਕੱਲ ਮਾਰ ਲਾਂਗੇ ਇਹ ਹੋਰ ਵੀ ਹੋਣੇ ਇੱਥੇ ਬੰਦੇ ਮੇਰੇ ਹਿਸਾਬ ਨਾਲ ਕਿਰੇ ਕੁਆਣੀ ਨਹੀਂ ਜਾਂਦੇ ਫੇਰ ਤੈਨੂੰ ਘਰੋਂ ਫੋਨ ਆ ਰਿਹਾ ਫੇਰ ਕੀ ਫਾਇਦਾ ਬੁੱਧੂ ਬਣਾਈ ਜਾਂਦਾ ਤੂੰ ਬੈਠਾ ਮੈਨੂੰ ਚਲੋ ਬੱਜੀ ਤੈਨੂੰ ਮੈਂ ਜੋ ਐ ਕਰਦਾ ਸੈਲੋ ਟੇਪ ਲੈ 10 ਰੁਪਏ ਵਾਲੀ ਕਾਲੀ ਉਹ 15-20 ਲਾ ਲਾ ਮੈਂ ਜੋ ਲੈਣਾ ਲਾਈਆ ਸਿੱਧੀਆਂ ਸਿੱਧੀਆਂ ਮੈਂ ਜੋ ਕਾਲੀ ਟੇਪ ਕਰਦੇ ਛੱਤ ਆਪਾਂ 48 ਆਏ ਇਸ ਟਾਈਮ ਤੇ ਟਾਈਮ ਹੋ ਗਿਆ ਸਾਡਾ ਵਾਪਸ ਆਪਣੇ ਚੁੱਕਿਆ ਤੇ ਜਾਣ ਦਾ ਵੀ ਆਪਾਂ ਚੱਲੀਏ ਨਹੀਂ ਨਹੀਂ ਅਜੇ ਪਤਾ ਕਰਦੇ ਆਂ ਭਾਈ ਇੱਕ ਦੋ ਜਗ੍ਹਾ ਹੋਰ ਕੁਛ ਨਹੀਂ ਹੋਣਾ ਬਾਈ ਇਹਨੇ ਫੁੱਦੂ ਬਣਾਉਣਾ ਆ ਬੇਲਾ ਭੈਣ ਦਾ ਯਾਰ ਘਰੋਂ ਤੁਰਿਆ ਕੜੀ ਚੋਲ ਖਾਏ ਦੀ ਵਧੀਆ ਜੀ ਬਾ ਕੜੀ ਚੋਲ ਖਾ ਕੇ ਘਰੇ ਜਾਣਾ ਇੱਕ ਹਿਸਾਬ ਦਾ ਮੈਨੂੰ ਲੱਗਦਾ ਆ ਗਿਆ ਨਹੀਂ ਨਹੀਂ ਚੱਲੀਏ ਜੀ ਹੁਣ ਪਤਾ ਨੀ ਹੁਣ ਕਿੱਥੇ ਜਾਣਾ ਸੱਤ ਫੇਸ ਤੋਂ ਜਾਲੀਆਂ ਲੈ ਲਾ ਉਹ 500 ਰੁਪਏ ਦੀਆਂ ਉਹ ਤਾਂ ਲੈ ਲਾਂਗੇ ਮੈਂ ਤਾਂ ਵਾ 500 ਦੀਆਂ ਲਈਆਂ ਆਈਆਂ ਇੱਥੋਂ ਵਰਨਾ ਦੀਆਂ ਮੈਂ ਤਾਂ ਹੀ ਤਾਂ ਮੁੱਕਰ ਗਿਆ ਇੱਥੇ ਮੈਂ ਕਿਹਾ ਨਹੀਂ ਮੇਰੇ ਭਰਾ ਭੈਣ ਜੋ ਵੱਧ ਪੈ ਕਰਦੇ ਨਹੀਂ ਮੈਂ ਕਿਹਾ ਖਰਚਾ ਠੀਕ ਕੀ ਤੁਹਾਨੂੰ ਮੈਂ ਬਿੱਲੇ ਦੀਆਂ ਕਰਤੂਤਾਂ ਦੱਸਾਂ ਬਾਈ ਜੀ ਆਇਆ ਸੀਗਾ ਕਹਿੰਦਾ ਟੇਪ ਕਰਾਉਣੀ ਆ ਤੇ ਟੇਪ ਕਰਾਈ ਨਹੀਂ ਹੈਗੀ ਗੱਡੀ ਨੂੰ 5000 ਰੁਪਏ ਦਾ ਨਾਂ ਸੁਣ ਕੇ ਡਰ ਗਿਆ ਤੇ ਮੈਨੂੰ ਲਾ ਕੇ ਘਰੇ ਚਲ ਗਿਆ ਕਹਿੰਦਾ ਮੈਂ ਕੱਲ ਨੂੰ ਕਰਾਇਆਂਗਾ ਤੇ ਉਹ ਗੱਡੀ ਤੇ ਟੇਪ ਉਹਦੀ ਨਹੀਂ ਹੋਣੀ
ਤੇ ਹੁਣ ਉਹ ਤੋਂ ਬਾਅਦ ਦੇਖੋ ਹੁਣ ਮੈਂ ਕੀ ਕਰਦਾ ਇੱਧਰ ਆਮ ਯਾਰ ਮਿੱਤਰ ਦੇ ਫਲੈਟ ਆਇਆ ਹੁਣ ਇੱਥੇ ਦਪਾਂਸ਼ੂ ਨੂੰ ਮਿਲਦਾ ਅਤੇ ਇੱਕ ਏ ਟੀ ਐੱਮ 'ਚੋਂ ਪੈਸੇ ਕਢਾ ਕੇ ਲਿਆਉਣੇ ਉਹ ਵੀ ਜਾ ਕੇ ਕਢਾ ਕੇ ਲੈ ਕੇ ਆਈਏ ਅਤੇ ਚਲੋ ਅੱਗੇ ਮਿਲਦੇ ਹਾਂ ਅਤੇ ਆਪਾਂ ਮਿੱਤਰੋ ਹੋਰ ਤਾਂ ਕੁਛ ਹੋਇਆ ਨਹੀਂ ਅਤੇ ਭੁੱਲਰ ਦਾ ਕੰਮ ਕਰਨ ਚੱਲੇ ਹਾਂ ਭੁੱਲਰ ਉਹ ਭੈਣ ਦੀ ਟੰਗ ਕਿੰਨੇ 3500 ਜਿਹੜਾ ਤੁਸੀਂ ਦਿੱਤਾ ਜੀ ਆਪਾਂ ਚੱਲੇ ਬਾਈ ਸਪੀਕਰ ਲੈਣ ਜਾਣੇ ਕੀ ਲੈ ਕੇ ਆਉਣਾ ਬਾਈ ਭਾਅ ਜੀ ਮੋਨੀਟਰ ਮੋਨੀਟਰ ਲੈਣ ਜਾਣੇ ਚੰਡੀਗੜ੍ਹ ਅਤੇ ਹੁਣ ਫਿਰ ਚੰਡੀਗੜ੍ਹ ਗੱਡੀ ਪਾ ਲਈ ਆ ਅਤੇ ਹੁਣ ਦੋ ਬੰਦੇ ਹੋਰ ਆ ਰਹੇ ਸਾਡੇ ਪਿੱਛੇ ਉਹਨਾਂ ਨੂੰ ਵੀ ਬਹਾਲੀਏ ਚੱਕ ਲਈਏ ਅਤੇ ਚੱਲੀਏ ਚੰਡੀਗੜ੍ਹ ਨੂੰ ਅਤੇ ਸਪੀਕਰ ਅੱਜ ਭਾਈ ਨੂੰ ਦਵਾ ਦੇਣੇ ਐਨ ਪ੍ਰੋਫੈਸ਼ਨਲ ਵਾਲੇ ਪੇਮੈਂਟਾਂ ਬਹੁਤ ਜਗ੍ਹਾ ਤੋਂ ਆਈਆਂ ਭਾਈ ਨੂੰ ਅੱਜ ਕਿੱਥੋਂ ਕਿੱਥੋਂ ਆਈ ਤੇਰੇ ਲਈ ਆਈ ਹੈ 3500 ਯੈਸ ਬ੍ਰੋ ਚਲੋ ਜੀ ਤੇ ਹੁਣ ਤੇ ਜਿਹੜਾ ਆਪਾਂ ਬ੍ਰੇਕਾਂ ਫਿਰ ਵਾਲੀ ਵੀ ਪੇਮੈਂਟ ਫਿਰ ਅੱਜ ਕਲੀਅਰ ਕਰ ਦਈਏ ਅੱਜ ਕਰ ਲਓ ਚਲੋ ਫਿਰ ਅੱਜ ਮੋਨੀਟਰੀ ਲੈ ਲੈਨੇ ਯੋ ਆਰੀ ਬ੍ਰੋ ਇਹ ਵੀ ਤੇ ਉਹ ਕਿੱਥੇ ਗਿਆ ਓਏ ਉਹ ਕਿੱਥੇ ਰਹਿ ਗਿਆ ਰੋਕ ਲਾ ਕੇ ਆਉਣ ਲੱਗਾ ਉਹ ਸਾਲੇ ਨੇ ਹੁਣ ਪੈਂਟ ਪੁੰਟ ਕਸਣੀ ਪਹਿਲਾਂ ਚੰਗੀ ਤਰ੍ਹਾਂ ਫੇਰ ਹੀ ਆਊ ਉਹ ਇਹ ਕਹਿੰਦੇ ਲੱਗਣੇ 14 ਰੁਪਏ ਤੇ ਇਹ ਬੰਦਾ ਫ੍ਰੀ ਕਢਾ ਕੇ ਦਿਖਾਊ ਨਾ ਗੂਗਲ ਪੇ ਆ ਨਾ ਕਾਰਡ ਆ ਨਾ ਕੈਸ਼ ਗਾੜੀ ਛੋੜ ਕੇ ਜਾਓ ਯਾਰ ਇੱਥੇ ਗਾੜੀ ਛੱਡ ਦਿੰਨੇ ਆ ਪੁਰਾਣੀ ਮੇਰਾ 5 ਮਿੰਟ ਤਾਂ ਆਇਆ ਯਾਰ ਆਇਣਾ ਕਰ ਵੀਰਾਂ ਨਹੀਂ ਤੱਲੇ ਵੀ ਆ ਸਾਹਮਣੇ ਗੱਡੀ ਕਢਾਉਣ ਲੱਗਾ ਤੇਰੇ ਮੇਰੀ ਜਾਨ ਅੱਗੇ ਵੀ ਤਾਂ ਆਉਣੀ ਆ ਮੈਂ ਪੈਸੇ ਹਾਏ ਆ ਤਾਂ ਇਹਨਾਂ ਨੂੰ ਦੇ ਦੇਣਾ ਤੇ ਗੱਡੀ ਤੱਕ ਮੰਡਲਾ ਪੈਸੇ ਇੱਥੇ ਦੇਣਾ ਚੱਲ ਲਓ ਗੱਡੀ ਲਾ ਬੜੀ ਮਿਲੂਗੇ ਪੱਕੀ ਗੱਲ ਵਧੀਆ ਵਧੀਆ ਜੀ ਸਮੋਸੇ ਖਾ ਲਈਏ ਪਹਿਲਾਂ ਭਾਈ ਭਾਈ ਮੇਰੀ ਗੱਲ ਸੁਣੋ ਹਾਂਜੀ ਭਾਈ ਇਹਨੂੰ ਬੰਦ ਕਰਿਓ ਮੈਂ ਤਾਂ ਗੱਲ ਇਹੋ ਜਿਹੀ ਬੋਲਦਾ ਕੋਈ ਨਹੀਂ ਬੋਲਦੇ ਉਹ ਦਸਤਾਂ ਚੱਲਦੇ ਉੱਥੇ ਵੀ ਚੱਲਦੇ ਆ ਪਹਿਲਾਂ ਆ ਖਾ ਲਈਏ ਕਰਦੇ ਬਾਈ ਸਮੋਸੇ ਛੋਲੇ ਪਾ ਕੇ ਠੀਕ ਆ ਆ ਪਕੌੜੇ ਕਾਦੇ ਪਨੀਰ ਗੋਭੀ ਪਾਲਕ ਇਹਨੇ ਜਾ ਕੇ ਖਾ ਲਈ ਨਾ ਉਹਨੇ ਕਿਹੜਾ ਮਨਾ ਕਰਨਾ ਲੈ ਉਹਨੇ ਪੈਸੇ ਧਰਾ ਲੈਣੇ ਨਾਲ ਹੀ ਕਹਿਣਾ 5 ਰੁਪਏ ਦਾ ਇੱਕ ਪੀਸ ਹੈ 500 ਦਾ ਖੁੱਲਾ ਕਰ ਦੇ ਕੁੱਲਰ ਨੂੰ ਰੱਖ ਰੁਪਏ ਨੂੰ ਖੁੱਲਾ ਤਾਂ ਭਾਵਾਂ ਜਿਹੜਾ ਮਰਜ਼ੀ ਕਰਾ ਲਾ ਤੈਨੂੰ ਵੀ ਖੋਲ ਦੂ ਉਹ ਕਿਉਂ ਵੀ ਭਈਆ ਜਿੰਨੀ ਉਹਦੇ 500 ਜਿਹੜਾ ਨੋ ਜੀ ਨੂੰ ਸਪੀਕਰ ਆ ਗਏ ਪਸੰਦ ਤੇ ਸਪੀਕਰ ਕਰਨ ਲੱਗਾ ਚੈੱਕ ਲੋ ਮਿੱਤਰੋ ਇੱਕ ਬਿੱਲੇ ਵਰਗਾ ਬੰਦਾ ਹੋਰ ਮਿਲ ਗਿਆ ਸਾਨੂੰ ਜਿੱਦਾਂ ਬਿੱਲਾ ਕਹਿੰਦਾ ਸੀ ਮੈਂ ਗੱਡੀ ਦੀ ਟੇਪਿੰਗ ਕਰਾਉਣੀ ਹੈ ਤੇ 5000 ਦਾ ਨਾਂ ਸੁਣ ਕੇ ਵਾਪਸ ਆ ਗਿਆ ਉਦਾਂ ਹੀ ਆਹ ਬੰਦਾ ਸਪੀਕਰ ਲੈਣ ਆਇਆ ਸੀ ਘਰੋਂ ਤੇ ਜਿਹੜੇ ਵੀ 6000 ਦਾ ਨਾਂ ਸੁਣ ਰਿਹਾ ਘਰੋਂ ਚੱਕਰ ਨਹੀਂ ਆ ਚੱਕਰ ਕੁਆਲਿਟੀ ਹੋਣੀ ਸੀ ਅੱਛਾ ਕੁਆਲਿਟੀ ਬੇਕਾਰ ਸੀ ਕੁਆਲਿਟੀ ਤੇ 2000 ਰੁਪਏ ਦੇ ਡੀਜੇ ਮੰਗਾ ਲਾ ਰਾਤ ਨੂੰ ਆ ਭਰਾਵਾ ਆਹ ਕਿਉਂ ਭੈਣ ਦਾ ਭੂਆ ਦਾ ਵਿਆਹ ਚਲੋ ਚਲੀਏ ਫਿਰ ਹੁਣ ਆ ਜਾਓ ਭਾਈ ਸੈਂਡਵਿਚ ਕਰਾਇਆ ਉਹ ਮੈਂ ਨਹੀਂ ਖਾਣੇ ਭਾਜੀ ਮੈਂ ਕਰਾਇਆ ਫਾਲਾ ਵੇ ਪਾਸਤਾ ਕਰਾਵਾ ਤੁਹਾਡੇ ਲਈ ਨਹੀਂ ਭਾਜੀ ਇਹ ਜਦੋਂ ਨਾ ਫੋਨ ਕਰ ਵੀਡੀਓ ਬਾਅਦ ਕਰਨੀ ਉਹਦੇ ਤੋਂ ਕਹਿਣਾ ਚੱਲ ਭੱਜ ਆ ਸਾਰਿਆ ਕੋਲਡ ਡਰਿੰਕ ਭਾਜੀ ਨਹੀਂ ਭਾਜੀ ਕੁਛ ਨਹੀਂ ਖਾਣਾ ਪੀਣਾ ਭਾਜੀ ਭਾਜੀ ਹੋਰ ਕੋਈ ਚੀਜ਼ ਹਾਂਜੀ ਕੁਛ ਨਹੀਂ ਖਾਣਾ ਨਿੰਬੂ ਵੀ ਖਾ ਲਾ ਸੋਡਾ ਠੰਡ ਪਾ ਦਵਾਈਆਂ ਖਾ ਲਾ ਹੈ ਕੀ ਕਹਿੰਨੀ ਆ ਖਾ ਲਵਾਉਣੇ ਨੂੰ ਮੈਂ ਕਿਉਂ ਜਲਦੀ ਕੀ ਆ ਅੱਧੀ ਰਾਤ ਨੂੰ ਚਾਹ ਕੌਣ ਪੀਂਦਾ ਤੂੰ ਮੈਨੂੰ ਸੋਚਾ ਆਪਨੇ ਲੇਟ ਆਣਾ ਫਿਰ ਖਾਣਾ ਆਪ ਲੇਟ ਖਾਓਗੇ ਜਦ ਤੱਕ ਮੈਂ ਚਾਹ ਪੀ ਲੂੰ ਖਾਣਾ ਮੈਂ ਖਾਣਾ ਹੀ ਨਹੀਂ ਕਿਉਂ ਕੀ ਬਣਾਇਆ ਤੂੰ ਆਪਣੇ ਹਾਲ ਤਾਂ ਸਾਗ ਅੰਕੂ ਮੈਨੇ ਪੁੱਛ ਲਗਾਇਆ ਓਏ ਫੇਰ ਕੀ ਹੋ ਗਿਆ ਵੱਟ ਬੇ ਆਜ ਮੈਨੇ ਕੰਮ ਵਾਲੀ ਸੇ ਪੁੱਛਾ ਕੀ ਮੈਨੇ ਕਹਾ ਜਾ ਕਰੇਗੀ ਬੋਲਤੀ ਕਿ ਦੀਦੀ ਮੈਂ ਫ੍ਰੀ ਨਹੀਂ ਹੋਤੀ ਹੂੰ ਮੈਂ ਕਹਾ ਯੇ ਲੋ ਜੀ ਮੈਂ ਕਹਾ ਠੀਕ ਹੈ ਬਸ ਤੂੰ ਹੀ ਵੇਲੀ ਰਹੀ ਸਾਰੇ ਬਿਜ਼ੀ ਆ ਹਾਂਜੀ ਬੱਤ ਹਾਂਜੀ ਮੇਰਾ ਬੱਚਾ ਕਿੱਦਾਂ ਮੇਰਾ ਬੱਚਾ ਠੀਕ ਆ ਹੈਂ ਠੀਕ ਆ ਸਹੇਲੀ ਬਣੀ ਕਿ ਨਹੀਂ ਕੋਈ ਸਹੇਲੀ ਬਣੀ ਕਿ ਨਹੀਂ ਕੋਈ ਕਿ ਔਖਾ ਹੀ ਵਾਲੇ ਵੀ ਹੈਂ ਮੇਰਾ ਬੱਚੂ ਔਖਾ ਆ ਤੂੰ ਹੈਂ ਮੇਰਾ ਬੱਚੂ ਚੱਲ ਸਾਲਾ ਗੰਦਾ ਹੈਂ ਅਤੇ ਦੋਸਤੋ ਮੈਂ ਪਹੁੰਚ ਚੁੱਕਾ ਆਪਣੇ ਫਲੈਟ ਫਲੈਟ ਤੁਹਾਨੂੰ ਪੂਰਾ ਨਹੀਂ ਦਿਖਾਉਣਾ ਉੱਦਾਂ ਘੁੰਮਾ ਦਿੰਦਾ ਇੱਦਾਂ ਫਿਰ ਤੁਹਾਨੂੰ ਫਲੈਟ ਵਾਲਾ ਵਲੋਗ ਦਿਖਾਊਂਗਾ ਸਾਰਾ ਠੀਕ ਆ ਮੈਂ ਇੱਦਾਂ ਹੀ ਘੁੰਮਦਾ ਫਿਰਦਾ ਸੀ ਭੁੱਲਰ ਦੇ ਫਲੈਟ ਬੈਠਾ ਭੁੱਲਰ ਦੇ ਫਲੈਟ ਉੱਥੇ ਪਹਿਲੇ ਉਹਦੇ ਸਪੀਕਰ ਸਪੁੱਕਰ ਲੈਣ ਗਏ ਸੀਗੇ ਉਹ ਮਿਲੇ ਨਹੀਂ 6000 ਰੁਪਏ ਦਾ ਨਾਂ ਸੁਣ ਕੇ ਮੁੜਿਆ ਆ ਕਹਿੰਦਾ ਮੈਂ ਲੈਣੇ ਨਹੀਂ ਇੱਦਾਂ ਹੀ ਇੱਕ ਸਵੇਰੇ ਫੁੱਦੂ ਬਣਾ ਗਿਆ ਬਿੱਲਾ ਉਹ ਵੀ ਇੱਥੋਂ ਕਹਿੰਦਾ ਟੇਪ ਕਰਾਉਣ ਜਾਣੀ ਆ ਟੇਪ ਕਰਾਉਣ ਗਿਆ ਉੱਥੇ 5000 ਮੰਗ ਲਿਆ ਕਹਿੰਦਾ ਠੀਕ ਆ ਭਾਈ ਸਵੇਰੇ ਆਉਣਾ ਇਹ ਦੋਨੋਂ ਇੱਦਾਂ ਦੀ ਆ
ਤੇ ਦੋਸਤੋ ਮੈਂ ਫਲੈਟ ਪਹੁੰਚ ਚੁੱਕਾ ਆ ਤੇ ਟਾਈਮ ਹੋ ਗਿਆ ਬਹੁਤ ਜ਼ਿਆਦਾ ਤੇ 10 ਵਜੇ ਵੀ 10 ਵਜੇ ਲੋਕੀ ਸੋ ਜਾਂਦੇ ਆਏ ਚੰਡੀਗੜ੍ਹ ਆ ਤਾਂ ਕਰਕੇ ਪਿੰਡਾਂ ਪੁੰਡਾਂ ਦੇ ਜ਼ਿਆਦਾ ਜਲਦੀ ਸੋ ਸੂ ਜਾਂਦੇ ਆ ਤੈਨੂੰ ਪਤਾ ਅਤੇ ਹੁਣ ਅਸੀਂ ਲੱਗੇ ਹਾਂ ਜੀ ਰੈਸਟ ਕਰਨ ਮੈਂ ਸਵੇਰ ਦਾ ਨਿਕਲਿਆ ਹਾਂ ਬਾਹਰ ਅਤੇ ਜਿੰਨਾ ਕੁ ਵਲੋਗ ਬਣਿਆ ਤੁਹਾਡੇ ਸਾਹਮਣੇ ਆ ਅਤੇ ਡੇਲੀ ਵਲੋਗ ਦੇ ਵਿੱਚ ਇਹੀ ਕੁਛ ਕਰ ਸਕਦੇ ਹਾਂ ਅਤੇ ਜਿੱਦਾਂ ਦਾ ਵੀ ਹੋਇਆ ਕਰਿਆ ਵਲੋਗ ਤੁਸੀਂ ਲਾਈਕ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਆ ਕਰੋ ਲਵ ਯੂ।